ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਿੱਖ ਕੌਮ ਦੇ ਵਿਦਵਾਨ ਸਿੱਖ ਆਗੂ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਨਾਲ, ਜਿਹੜੇ ਕਿ ਸਮੇਂ ਸਮੇਂ ਦੇ ਉੱਤੇ ਸਿੱਖ ਕੌਮ ਦੇ ਜਿਹੜੇ ਮਾਰੂ ਹਮਲੇ ਹੋ ਰਹੇ ਨੇ ਉਹਨਾਂ ਦੇ ਸੰਬੰਧ ਵਿੱਚ ਆਵਾਜ਼ ਉਠਾਉਂਦੇ ਰਹਿੰਦੇ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਿਰਸਾ ਸਾਹਿਬ, ਜਿਵੇਂ ਕਿ ਤੁਸੀਂ ਇੱਕ ਮਸਲਾ ਉਠਾਇਆ ਸੀ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀਆਂ ਵਿਵਾਦਿਤ ਕਿਤਾਬਾਂ ਛਾਪੀਆਂ ਗਈਆਂ ਸੀ ਉਹਨਾਂ ਨੂੰ ਲੈ ਕੇ, ਅਤੇ ਪਿੱਛੇ ਜੇ 11 ਅਗਸਤ ਨੂੰ ਸ਼੍ਰੋਮਣੀ ਕਮੇਟੀ ਨੇ ਅਜੀਤ ਅਖਬਾਰ ਦੇ ਵਿੱਚ ਇੱਕ ਇਸ਼ਤਿਹਾਰ ਛਾਪਿਆ। ਉਹਨਾਂ ਨੇ ਕਿਹਾ ਕਿ ਉਹ ਜਿਹੜੀਆਂ ਕਿਤਾਬਾਂ ਨੇ ਉਹ ਅਸੀਂ ਵਾਪਸ ਲੈ ਲਈਆਂ ਵਾਂ, ਪਰ ਹੁਣ ਵੀ ਕੁਝ ਸ਼ਰਾਰਤੀ ਅਨਸਰ ਜਿਹੜੇ ਆ ਉਹ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਕਿਤਾਬਾਂ ਦਾ ਰੌਲਾ ਪਾ ਰਹੇ ਨੇ। ਤੁਸੀਂ ਕੀ ਦੇਖਦੇ ਹੋ? ਤੁਸੀਂ ਵੀ ਕਾਫੀ ਵੱਡੇ ਪੱਧਰ 'ਤੇ ਮੁੱਦਾ ਉਠਾਇਆ ਸੀ, ਉਹ ਸ਼ਰਾਰਤੀ ਅਨਸਰ ਸ਼੍ਰੋਮਣੀ ਕਮੇਟੀ ਵੱਲੋਂ ਕਿਹਨੂੰ ਕਿਹਾ ਗਿਆ? ਦੇਖੋ ਮਹਾਰਾਣਾ ਸਾਹਿਬ, ਸਿਆਣੇ ਕਹਿੰਦੇ ਹਨ ਕਿ ਛੱਜ ਤਾਂ ਬੋਲੇ ਪਰ ਛਾਣਨੀ ਕਿਉਂ ਬੋਲੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਅੱਜ ਜੋ ਕਬਜ਼ਾ ਹੈ ਉਹ ਸਿੱਧੇ ਤੌਰ 'ਤੇ ਬਾਦਲ ਦਾ ਹੈ ਅਤੇ ਅਸਿੱਧੇ ਤੌਰ 'ਤੇ RSS ਦਾ। ਅੱਜ ਬਾਦਲ ਦੇ ਥਾਪੇ ਹੋਏ ਉਹਦੀ ਜੇਬ 'ਚੋਂ ਨਿਕਲਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਤੁਹਾਨੂੰ ਯਾਦ ਹੋਏਗਾ ਕਿ ਜਿਸ ਤਰ੍ਹਾਂ ਕਿ ਇਹ ਜਿਹੜਾ ਗੁਰਬਾਣੀ ਦੇ ਜਿਹੜੇ ਗੁਟਕੇ ਨੇ ਇਹਨਾਂ ਦੇ ਸੰਬੰਧ ਵਿੱਚ ਮੇਰੇ ਵੱਲੋਂ 4 ਅਗਸਤ ਆ ਜਿਹੜੀ ਲੰਘ ਕੇ ਗਈ ਆ 18 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਇਹ ਗੁਟਕੇ ਦਿੱਤੇ ਗਏ ਸੀ ਕਿ ਇਹ ਜਿਹੜੇ ਗੁਟਕੇ ਜਿਹੜੇ ਨੇ ਜਿਹੜੇ ਨਾਮਧਾਰੀ ਸੰਪਰਦਾ ਵੱਲੋਂ ਪਬਲਿਸ਼ ਕਰਾਏ ਗਏ ਨੇ, ਔਰ ਇਹ ਇੰਟਰਵੈਲ ਪ੍ਰੈਸ ਜਿਹੜੀ ਕਿ ਸਿੰਘ ਬ੍ਰਦਰ ਵਾਲਿਆਂ ਦੀ ਇੱਕ ਬ੍ਰਾਂਚ ਹੈ ਉਹਨਾਂ ਨੇ ਗੁਟਕੇ ਛਾਪੇ ਨੇ। ਇਹਨਾਂ ਗੁਟਕਿਆਂ ਦੇ ਵਿੱਚ 100-100 ਪੰਨਿਆਂ ਦੀ ਭੂਮਿਕਾ ਹੈ, ਔਰ ਇਹਨਾਂ ਗੁਟਕਿਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਰੱਦ ਕਰਕੇ ਦੇਹਧਾਰੀ ਗੁਰੂ ਨੂੰ ਪ੍ਰਮੋਟ ਕੀਤਾ। ਔਰ ਇਹਦੇ ਵਿੱਚ ਇਹ ਵੀ ਲਿਖਿਆ ਦੱਸਿਆ ਸੀ ਉਹਨਾਂ ਪ੍ਰਧਾਨ ਨਾਲ ਗੱਲ ਕਰਦੇ ਸਮੇਂ ਕਿ ਇਹਦੇ ਵਿੱਚ ਇਹ ਹੈ ਕਿ ਇਹਨਾਂ ਨੇ ਆਪਣੇ ਜਿਹੜੀ ਇਹ ਗੱਦੀ ਚਲਾ ਰਹੇ ਨੇ ਨਾਮਧਾਰੀ ਸੰਪਰਦਾ ਵਾਲੇ, ਇਹ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਸਾਨੂੰ ਜਿਹੜੀ ਆ ਉਹ ਗੁਰਤਾ ਗੱਦੀ ਮਿਲੀ ਆ। ਇਹ ਦੱਸਦੇ ਨੇ ਕਿ 1708 ਤੋਂ ਲੈ ਕੇ 1812 ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਨੇ ਉਹ ਅਗਿਆਤਵਾਸ ਨਾ ਬਦਲ ਕੇ ਰਹੇ, ਅਤੇ ਉਹਨਾਂ ਨੇ ਜਿਹੜੇ ਸੀ ਉਹ ਬਾਅਦ ਦੇ ਵਿੱਚ ਬਾਬਾ ਬਾਲਕ ਸਿੰਘ ਨੂੰ ਗੱਦੀ ਦੇ ਕੇ ਅਤੇ ਉਸ ਤੋਂ ਬਾਅਦ ਸਰੀਰ ਤਾਂ ਗਿਆ। ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿਸ ਗੁਰੂ ਨੇ ਆਪਣਾ ਸਰਬੰਸ ਵਾਰ ਦਿੱਤਾ ਜ਼ੁਲਮ ਦੇ ਖਿਲਾਫ, ਆਪਣੇ ਸਪੁੱਤਰ ਵਾਰ ਦਿੱਤੇ ਔਰ ਆਪਣੇ ਜਿਹੜੇ ਜਾਨ ਤੋਂ ਪਿਆਰੇ ਸਿੰਘ ਸੀ ਉਹ ਸਾਰੇ ਸ਼ਹੀਦ ਕਰਾਤੇ, ਉਹ ਗੁਰੂ ਜਿਹੜਾ ਹੈ ਉਹ 104 ਸਾਲ ਭੇਸ ਬਦਲ ਕੇ ਨਾਂ ਬਦਲ ਕੇ ਇਸ ਸੰਸਾਰ 'ਤੇ ਕਿਵੇਂ ਵਿਚਰੇ, ਔਰ ਉਹ ਵੀ ਪੰਜਾਬ ਦੀ ਧਰਤੀ 'ਤੇ ਆ ਕੇ ਹਜ਼ੂਰ ਸਾਹਿਬ ਤੋਂ ਦੁਬਾਰਾ ਆ ਗਏ। ਸੋ ਉਹਦੇ ਸੰਬੰਧ ਵਿੱਚ ਮੈਂ ਸਾਰਾ ਲਿਖਿਆ ਸੀ, ਦੱਸਿਆ ਸੀ ਕਿ ਇਹ ਇੱਕ ਇਹਨਾਂ ਨੇ ਢੌਂਗ ਰਚਿਆ ਔਰ ਇਹ ਇੱਕ ਸਿੱਖ ਧਰਮ ਦੇ ਉੱਤੇ ਬੜਾ ਵੱਡਾ ਹਮਲਾ, ਔਰ ਉਹਨਾਂ ਦੇ ਬਾਰੇ ਇਹ ਵੀ ਹੈ ਕਿ ਮੈਂ ਉਹਦੇ ਵਿੱਚ ਸਾਰਾ ਲਿਖਿਆ ਦੱਸਿਆ ਸੀ ਪ੍ਰਧਾਨ ਨੂੰ 4 ਅਗਸਤ ਨੂੰ ਜਦੋਂ ਸਾਡੀ ਮੀਟਿੰਗ ਹੋਈ ਕਿ ਇਹ ਜਿਹੜਾ ਇਹ ਸਾਡੇ 'ਤੇ ਬੜਾ ਤਕੜਾ ਹਮਲਾ ਹੈ ਔਰ ਇਸ ਦੀ ਪ੍ਰੋੜਤਾ ਕਰਦਾ ਪ੍ਰਕਾਸ਼ ਸਿੰਘ ਬਾਦਲ। ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਜਦੋਂ 1997 ਤੋਂ 2002 ਤੱਕ ਇਹ ਮੁੱਖ ਮੰਤਰੀ ਪੰਜਾਬ ਸੀ ਅਤੇ ਇਹਨੇ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕੀਤੀ ਸੀ ਸਤਿਗੁਰੂ ਰਾਮ ਸਿੰਘ, ਇਸ ਕਰਕੇ ਇਹਨੇ ਉਹਨਾਂ ਨੂੰ ਪ੍ਰਮੋਟ ਕੀਤਾ। ਔਰ ਮੈਂ ਇਹ ਗੱਲ ਬੜੇ ਹੋਰ ਵੀ ਜ਼ੋਰ ਸ਼ੋਰ ਨਾਲ ਇਹ ਕਿਤਾਬਾਂ ਦਾ ਜ਼ਿਕਰ ਵੀ ਕੀਤਾ ਸੀ, ਲੇਕਿਨ ਹੋਇਆ ਕੀ ਕਿ 4 ਅਗਸਤ ਤੋਂ ਬਾਅਦ ਇਹ ਜਿਹੜਾ ਜਿਹਦਾ ਤੁਸੀਂ ਜ਼ਿਕਰ ਕੀਤਾ ਇਹ ਅਖਬਾਰ ਉਹ ਹੈ ਅਜੀਤ ਅਖਬਾਰ ਜਿਹਦੇ ਵਿੱਚ ਇਹਨਾਂ ਨੇ ਇਸ਼ਤਿਹਾਰ ਦਿੱਤਾ ਕਿ ਇਹ ਜਿਹੜੀਆਂ ਕਿਤਾਬਾਂ ਸੀ ਇਹ ਅਸੀਂ ਵਾਪਸ ਲੈ ਲਈਆਂ ਨੇ ਅਤੇ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਅੱਜ ਬੋਲ ਰਹੇ, ਕਿਉਂਕਿ ਮੈਂ ਉਸ ਦਿਨ ਪ੍ਰਧਾਨ ਦੇ ਨਾਲ
ਬੜਾ ਵਿਸਥਾਰ ਪੂਰਵਕ ਇਹਨਾਂ ਕਿਤਾਬਾਂ ਦਾ ਵੀ ਜਿਹੜਾ ਜ਼ਿਕਰ ਕੀਤਾ ਸੀ। ਉਸ ਸ਼ਰਾਰਤੀ ਅਨਸਰ ਸਿੱਧੇ ਤੌਰ 'ਤੇ ਮੈਨੂੰ ਬਲਦੇਵ ਸਿੰਘ ਸਰਸਾ ਨੂੰ ਕਿਹਾ ਗਿਆ, ਕਿਉਂਕਿ ਮੈਂ ਇਹ ਜਿਹੜੀ ਗੁਰਦੁਆਰਾ ਜਿਹੜੀ ਇਹ ਸਿੱਖ ਇਤਿਹਾਸ ਹਿੰਦੀ ਬੁੱਕ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਬਲਿਸ਼ ਕੀਤੀ ਹੈ, ਇਸ ਕਿਤਾਬ ਦਾ ਜਿਹੜਾ ਉਹ ਰਾਈਟਰ ਕੋਈ ਨਹੀਂ ਲੇਕਿਨ ਪਬਲਿਸ਼ ਸ਼੍ਰੋਮਣੀ ਕਮੇਟੀ ਕਰਦੀ ਹੈ। ਇਹਦੇ 722 ਪੰਨੇ ਨੇ, 722 ਪੰਨਿਆਂ 'ਤੇ ਕਿਸੇ ਵੀ ਪੰਨੇ 'ਤੇ ਦਸਾਂ ਗੁਰੂ ਸਾਹਿਬਾਨਾਂ ਵਿੱਚੋਂ ਕਿਸੇ ਵੀ ਗੁਰੂ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਨਹੀਂ ਕੀਤਾ ਗਿਆ। ਚੋਰ, ਡਾਕੂ, ਕਾਤਲ, ਨੌਕਰੀਆਂ ਦੇ ਪੇਟੋਂ ਬੱਚੇ ਜੰਮਣ ਵਾਲੇ, ਆਤਮ ਹੱਤਿਆ ਕਰਨ ਵਾਲੇ ਦੱਸ ਕੇ ਇਹ ਕਿਤਾਬ ਜਿਹੜੀ ਲਿਖੀ ਗਈ ਆ, ਔਰ ਇਸ ਕਿਤਾਬ ਦਾ ਵੀ ਮੈਂ ਜ਼ਿਕਰ ਕੀਤਾ। ਔਰ ਇਹਦੇ ਨਾਲ ਇਹ ਜਿਹੜੀ ਕਿਤਾਬ ਹੈ ਗੁਰਬਿਲਾਸ ਪਾਤਸ਼ਾਹੀ 6ਵੀਂ, ਇਹ ਵੀ ਜਿਹੜੀ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਬਲਿਸ਼ ਕੀਤੀ ਆ। ਮੈਂ ਇਹਦੇ ਸੰਬੰਧ ਵਿੱਚ ਵੀ ਕੇਸ ਕੀਤਾ ਹੈ। ਔਰ ਇਹ ਜਿਹੜੀ ਗੁਰਮਤ ਪ੍ਰਕਾਸ਼ ਮੈਗਜ਼ੀਨ, ਇਹ ਦਸੰਬਰ 2013, ਇਹ ਤੁਸੀਂ ਦੇਖ ਰਹੇ ਹੋ ਕਿ ਚਾਰੋਂ ਸਾਹਿਬਜ਼ਾਦਿਆਂ ਦੀਆਂ ਕੇਸਾਂ ਦੀ ਕਟਿੰਗ, ਸਿਰਾਂ 'ਤੇ ਟੋਪੀਆਂ, ਇਹ ਵੀ ਗੁਰਮਤ ਪ੍ਰਕਾਸ਼ ਮੈਗਜ਼ੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਪਬਲਿਸ਼ ਕੀਤਾ ਗਿਆ। ਸੋ ਇਹ ਸਾਰੇ ਮਸਲੇ ਲੈ ਕੇ ਮੈਂ ਉਸ ਦਿਨ ਪ੍ਰਧਾਨ ਨਾਲ ਗੱਲ ਕੀਤੀ ਸੀ, ਔਰ ਪ੍ਰਧਾਨ ਨੂੰ ਇਹ ਵੀ ਗੱਲ ਕਹੀ ਸੀ ਕਿ ਜਿਹੜੀਆਂ ਸਿੱਖ ਵਿਰੋਧੀ ਏਜੰਸੀਆਂ ਜਾਂ ਕੋਈ ਹੋਰ ਸੰਪਰਦਾਵਾਂ ਜਾਂ ਕੋਈ ਵੀ ਜਿਹੜੀਆਂ ਸਿੱਖ ਵਿਰੋਧੀ ਮਤਲਬ ਕਿ ਸ਼ਕਤੀਆਂ ਨੇ, ਉਹ ਤਾਂ ਸਿੱਖਾਂ ਦੇ ਉੱਤੇ ਹਮਲੇ ਕਰਦੀਆਂ ਨੇ। ਜਿਵੇਂ ਕਿ ਇਹ ਤੁਸੀਂ ਦੇਖੋ, ਇਹ ਜਿਹੜੇ ਛੋਟੇ ਛੋਟੇ ਟਰੈਕਟ ਨੇ, ਇਹ ਟਰੈਕਟ ਛਪੇ ਨੇ ਨਾਗਪੁਰ ਤੋਂ, ਔਰ ਇਹਨਾਂ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਿਹੜਾ ਉਹ ਗਊ ਦੇ ਪੁਜਾਰੀ ਦੱਸਿਆ ਗਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਇਹ ਗੱਲ ਕਹੀ ਗਈ ਆ ਕਿ ਇਹ ਇਹਨਾਂ ਨੇ ਜਿਹੜੀ ਸੀ ਸ਼ਹਾਦਤ ਜਿਹੜੀ ਸੀ ਉਹ ਸਿਰਫ ਇਹਨਾਂ ਨੇ ਆਪਣੇ ਧਰਮ ਦੀ ਰੱਖਿਆ ਵਾਸਤੇ, ਭਾਵ ਹਿੰਦੂ ਧਰਮ ਦੀ ਰੱਖਿਆ ਵਾਸਤੇ, ਹਿੰਦੂ ਧਰਮ ਹੀ ਦੱਸਦੇ ਹਨ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹਦੇ ਵਿੱਚ ਇਹ ਜਿਹੜਾ ਟਰੈਕਟ ਹੈ ਇਹ ਵੀ ਨਾਗਪੁਰ ਤੋਂ ਛਪਿਆ, ਔਰ ਇਹਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਇਹ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਇਹ ਹਿੰਦੂ ਰਕਤ ਹੀ ਹਨ। ਇਹ ਮੈਂ ਸਾਰੀਆਂ ਗੱਲਾਂ ਜਿਸ ਵਕਤ ਉਸ ਦਿਨ ਕੀਤੀਆਂ ਪ੍ਰਧਾਨ ਦੇ ਨਾਲ, ਅਤੇ ਪ੍ਰਧਾਨ ਨੇ ਫਿਰ ਜਦੋਂ ਆਪਣੇ ਆਖਿਆਂ ਨਾਲ ਗੱਲ ਕੀਤੀ ਅਤੇ ਉਹਨਾਂ ਵੱਲੋਂ ਦਿੱਤੇ ਹੋਏ ਆਦੇਸ਼ ਦੇ ਮੁਤਾਬਕ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇਹ ਜਿਹੜਾ 11 ਅਗਸਤ 2018 ਨੂੰ ਅਜੀਤ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਇਹ ਗੱਲ ਕਹਿੰਦਾ ਹੈ ਕਿ ਇਹ ਜਿਹੜੀਆਂ ਕਿਤਾਬਾਂ ਅਸੀਂ ਪਬਲਿਸ਼ ਕੀਤੀਆਂ ਸੀ ਲੇਕਿਨ ਅਸੀਂ ਵਾਪਸ ਲੈ ਲਈਆਂ ਨੇ, ਅਤੇ ਵਾਪਸ ਲੈਣ ਤੋਂ ਬਾਅਦ ਕੁਝ ਸ਼ਰਾਰਤੀ ਅਨਸਰ ਅੱਜ ਵੀ ਇਹਨਾਂ ਕਿਤਾਬਾਂ ਦੇ ਸੰਬੰਧ, ਕਿਉਂਕਿ ਮੇਰਾ ਇਹ ਕੇਸ ਪਹਿਲਾਂ ਗੁਰਦੁਆਰਾ ਜੁਡੀਸ਼ੀਅਲ ਕੋਰਟ 'ਚ ਮੈਂ ਕੀਤਾ, ਉੱਥੋਂ ਕੇਸ ਗੁਰਦੁਆਰਾ ਜੁਡੀਸ਼ੀਅਲ ਕੋਰਟ ਜਿਹੜੀ ਕਿ ਜੁਡੀਸ਼ੀਅਲ ਕੋਰਟ ਬਾਦਲ ਦੇ ਵੱਲੋਂ ਹੀ ਅਪੁਆਇੰਟਮੈਂਟ ਕੀਤੀ ਜਾਂਦੀ ਆ, ਭਾਵ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਬਾਦਲ ਦਾ, ਅਤੇ ਬਾਦਲ ਵੱਲੋਂ ਹੀ ਉਹ ਅਪੁਆਇੰਟਮੈਂਟ ਕੀਤੀ ਜਾਂਦੀ ਆ। ਉਹਨਾਂ ਨੇ ਮੇਰਾ ਕੇਸ ਇਹ ਖਾਰਜ ਕਰਤਾ, ਇਹ ਕੇਸ ਮੈਂ ਹਾਈਕੋਰਟ ਲੈ ਗਿਆ। ਹੁਣ ਮੈਂ ਗੁਰਦੁਆਰਾ ਜਿਹੜੀ ਜੁਡੀਸ਼ੀਅਲ ਕੋਰਟ ਹੈ ਉਹਦੇ ਵਿੱਚ ਗੁਰਬਿਲਾਸ ਪਾਤਸ਼ਾਹੀ 6ਵੀਂ ਕੇਸ ਕੀਤਾ। ਇਸੇ ਤਰ੍ਹਾਂ ਜਿਹੜੀਆਂ ਆ ਹੈਗੀਆਂ ਨੇ ਨਾਗਪੁਰ ਤੋਂ ਕਿਤਾਬਾਂ ਛਪੀਆਂ ਨੇ, ਇਹਨਾਂ ਦੇ ਸੰਬੰਧ ਵਿੱਚ ਮੈਂ ਪੁਲਿਸ ਤੱਕ ਪਹੁੰਚ ਕੀਤੀ ਆ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੱਕ। ਇਸੇ ਤਰ੍ਹਾਂ ਆ ਤੁਸੀਂ ਦੇਖੋ, ਸਿੱਖ ਇਤਿਹਾਸ ਪੰਜਾਬੀ ਜੋ ਹਿੰਦੀ ਵਿੱਚ ਹੈ ਸੋ ਪੰਜਾਬੀ ਵਿੱਚ ਹੈ, ਇਹ ਵੀ ਮੇਰਾ ਕੋਰਟ ਜਿਹੜਾ ਕੇਸ ਮੈਂ ਕੋਰਟ ਵਿੱਚ ਕੀਤਾ ਹੋਇਆ, ਇਹ ਸਗਾਸਾ ਕੀਤਾ ਹੋਇਆ। ਅਤੇ ਇਹ ਜਿਹੜੇ ਕੇਸ ਨੇ ਜਿਹੜੇ ਮੇਰੇ ਸਾਰੇ ਵੱਲੋਂ ਕੀਤੇ ਹੋਏ ਨੇ, ਉਹਨਾਂ ਕੇਸਾਂ ਤੋਂ ਬੁਖਲਾ ਕੇ ਵੀ ਇਹ ਸਾਡੀ ਜਿਹੜਾ ਅਸਲ ਚਿੱਠੇ ਜਿਹੜੇ ਨੇ ਸਾਡੇ ਪਰਦੇ ਖਾਸ ਕਰ ਰਿਹਾ ਬਲਦੇਵ ਸਿੰਘ ਸਰਸਾ, ਅਤੇ ਉਹਨਾਂ ਨੇ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਮੈਨੂੰ ਇਹ ਧਮਕੀ ਦਿੱਤੀ ਆ। ਅਤੇ ਮਹਾਰਾਣਾ ਸਾਹਿਬ, ਮੈਂ ਤੁਹਾਡੇ ਇਹ ਜਿਹੜਾ ਚੈਨਲ ਹੈ ਸੱਚ ਦਾ ਤਪ, ਇਹਦੇ ਰਾਹੀਂ ਪ੍ਰਕਾਸ਼ ਸਿੰਘ ਬਾਦਲ, ਉਹਦੇ ਪੁੱਤਰ ਸੁਖਬੀਰ ਬਾਦਲ, ਅਤੇ ਉਹਦੀ ਸਮੁੱਚੀ ਜਿਹੜੀ ਉਹਦੇ ਜਿਹੜੇ ਝੋਲੀ ਚੁੱਕ
ਦਲਜੀਤ ਸਿੰਘ ਚੀਮੇ ਵਰਗੇ, ਬਲਵਿੰਦਰ ਭੁੱਲਰ ਜਿਹੜੇ ਉਹਨੂੰ ਜਿਹੜੇ ਉਹਨੂੰ ਇੱਕ ਦਰਵੇਸ਼ ਦੱਸਦੇ ਨੇ, ਗੁਰੂ ਗੋਬਿੰਦ ਸਿੰਘ ਨਾਲ ਤੁਲਨਾ ਕਰਦੇ ਨੇ ਅਤੇ ਹੁਣ ਤਖਤਾਂ ਦੇ ਉੱਤੇ ਜਿਹੜਾ ਪੇਸ਼ ਹੁੰਦੇ ਫਿਰਦੇ ਨੇ। ਉਹਨਾਂ ਦੀ ਸਾਰੀ ਟੀਮ ਨੂੰ ਮੈਂ ਚੈਲੰਜ ਕਰਦਾ, ਤੁਸੀਂ 11 ਤਰੀਕ ਨੂੰ ਜੋ ਇਸ਼ਤਿਹਾਰ ਦਿੱਤਾ, ਜੇ ਤੁਹਾਡੇ 'ਚ ਹਿੰਮਤ ਹੈ ਤਾਂ ਸਰਸੇ ਦੇ ਖਿਲਾਫ਼ ਤੁਸੀਂ ਕੇਸ ਕਰੋ ਅਤੇ ਫਿਰ ਵੇਖਾਂਗੇ ਕਿ ਕੋਰਟ ਦੇ ਵਿੱਚ ਕੌਣ ਜਿੱਤਦਾ ਅਤੇ ਕੌਣ ਹਾਰਦਾ। ਸੋ ਇਹ ਕਹਿੰਦੇ ਨੇ ਕਿ ਅਸੀਂ ਜਿਹੜੇ ਆ ਇਹ ਕਿਤਾਬਾਂ ਜਿਹੜੀਆਂ ਅਸੀਂ ਉਹ ਵਾਪਸ ਲੈ ਲਈਆਂ ਅਤੇ ਸ਼ਰਾਰਤੀ ਅੰਸ਼ਰ ਬੋਲ ਰਹੇ ਨੇ। ਮੈਂ ਇਹਨਾਂ ਤੋਂ ਪੁੱਛਣਾ ਪਾਉਣਾ ਕਿ ਜੇ ਤੁਸੀਂ ਵਾਪਸ ਲੈ ਲਈਆਂ ਨੇ ਅਤੇ ਜਦੋਂ ਇਲੈਕਸ਼ਨ ਆਉਂਦੀ ਹੈ ਤੁਸੀਂ ਉਸ ਟਾਈਮ ਦੇ ਉੱਤੇ ਜਿਹੜਾ 1984 ਦਾ ਜੂਨ 1984 ਕਾਂਡ ਵਾਪਰਿਆ, ਜੋ ਉਸ ਵਕਤ ਦੇਸ਼ ਦੀ ਹਕੂਮਤ ਕਾਂਗਰਸ ਨੇ ਇੰਦਰਾ ਨੇ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ ਔਰ ਉਸ ਤੋਂ ਬਾਅਦ ਨਵੰਬਰ 84 ਦੇ ਵਿੱਚ ਜੋ ਸਿੱਖ ਕੌਮ ਦਾ ਕਤਲੇਆਮ ਕੀਤਾ, ਉਹ ਜਦੋਂ ਇਲੈਕਸ਼ਨਾਂ ਆਉਂਦੀਆਂ ਨੇ ਅਤੇ ਹੁਣ ਵੀ ਤੁਸੀਂ ਉਹਨਾਂ ਨੂੰ ਜਿਹੜਾ ਆ ਸਟੇਜਾਂ ਦੇ ਉੱਤੇ ਰੈਲੀਆਂ ਦੇ ਵਿੱਚ ਜਿਹੜਾ ਤੁਸੀਂ ਉਭਾਰਨਾ ਸ਼ੁਰੂ ਕੀਤਾ, ਇਹ ਕਿਉਂ? ਇਹ ਵੀ ਤਾਂ ਫਿਰ ਪੁਰਾਣੀ ਗੱਲ ਹੋ ਚੁੱਕੀ ਹੈ ਨਾ। ਇੱਕ ਸਿਰਸਾ ਸਾਹਿਬ, ਜਿਵੇਂ ਕਿ ਤੁਸੀਂ ਇਲਜ਼ਾਮ ਲਗਾਏ ਨੇ ਆ, ਦੇਖਿਆ ਕਿਤਾਬਾਂ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਸ਼੍ਰੋਮਣੀ ਕਮੇਟੀ ਦੀ ਬਹੁਤ ਵੱਡੀ ਅਣਗਹਿਲੀ ਮੰਨਿਆ ਜਾ ਸਕਦਾ ਇਸ ਨੂੰ, ਪਰ ਜਿਵੇਂ ਹੁਣ ਸਿੱਖ ਕੌਮ ਦੇ ਵਿੱਚ ਇੱਕ ਮਸਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਦਾ ਜਿਹੜਾ ਮਸਲਾ ਕਾਫੀ ਜ਼ਿਆਦਾ ਸੰਗਤਾਂ ਦੇ ਜਿਹੜਾ ਉਹ ਜਜ਼ਬਾਤਾਂ ਦੇ ਨਾਲ ਜੁੜਿਆ ਹੋਇਆ ਅਤੇ ਉਹਦੇ ਨੂੰ ਲੈ ਕੇ ਇੱਕ ਰਣਜੀਤ ਕਮਿਸ਼ਨ ਜਿਹੜੀ ਰਿਪੋਰਟ ਵਾ ਉਹ ਵੀ ਇੱਕ ਸਰਕਾਰ ਵੱਲੋਂ ਪੇਸ਼ ਕੀਤੀ ਗਈ ਸੀ ਜਿਹਦਾ ਸ਼੍ਰੋਮਣੀ ਕਮੇਟੀ ਨੇ ਸਿੱਧੇ ਤੌਰ 'ਤੇ ਹੀ ਉਹਨੂੰ ਰਿਜੈਕਟ ਕਰ ਦਿੱਤਾ ਸੀ, ਉਹਨੂੰ ਕਿਵੇਂ ਦੇਖਦੇ ਤੁਸੀਂ? ਮਹਿਰਾਣਾ ਸਾਹਿਬ, ਇਹ ਇੱਕ ਕੇਸ ਨਹੀਂ ਹੈ, ਇੱਕ ਮਿਸਾਲ ਨਹੀਂ ਹੈਗੀ। ਅੱਜ ਤੱਕ ਸਿੱਖ ਕੌਮ ਦੀ ਬਦਕਿਸਮਤ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥਕ ਲੀਡਰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਜਿਵੇਂ ਪਹਿਲਾਂ ਕਹਿ ਚੁੱਕਾ ਕਿ ਉਹਦੀ ਜੇਬ 'ਚੋਂ ਨਿਕਲਦਾ, ਉਹਨੂੰ ਤਾਂ ਜੋ ਉਹਦੇ ਆਕੇ ਨੇ ਹੁਕਮ ਕਰਨਾ ਉਹਨੇ ਉਹੀ ਮੰਨਣਾ। ਤੁਸੀਂ ਇਹ ਵੇਖੋ ਕਿ ਆਹ ਜਿਹੜੀਆਂ ਕਿਤਾਬਾਂ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਦ ਪਬਲਿਸ਼ ਕੀਤੀਆਂ। ਤੁਸੀਂ ਅਣਗਹਿਲੀ ਲਫ਼ਜ਼ ਵਰਤਿਆ, ਮਹਾਰਾਣਾ ਸਾਹਿਬ, ਇਹ ਅਣਗਹਿਲੀ ਨਹੀਂ ਸ਼੍ਰੋਮਣੀ ਕਮੇਟੀ ਦੀ। ਇਹਦੇ ਵਿੱਚ ਮੈਂ ਅੱਗੇ TV ਚੈਨਲਾਂ 'ਤੇ ਇਹ ਮੇਰੀ ਗੱਲਬਾਤ ਚੱਲ ਚੁੱਕੀ ਹੈ, ਮੈਂ ਵਿਸਤਾਰ ਸਹਿਤ ਦੱਸਿਆ ਕਿ ਇਹ ਜਿਹੜੀਆਂ ਕਿਤਾਬਾਂ ਨੇ ਇਹ ਨਾਗਪੁਰ ਤੋਂ ਖੜ੍ਹੇ ਤਿਆਰ ਹੋਇਆ ਔਰ ਪ੍ਰਕਾਸ਼ ਸਿੰਘ ਬਾਦਲ ਕੋਲ LK ਅਡਵਾਨੀ ਅਟਲ ਬਿਹਾਰੀ ਵਾਜਪਾਈ ਦੇ ਰਾਹੀਂ ਇਹਦੇ ਕੋਲ ਆਇਆ, ਇਹਨੇ ਆਪਣੇ ਚਹੇਤੇ ਦੇ ਰਾਹੀਂ ਸ਼੍ਰੋਮਣੀ ਕਮੇਟੀ ਤੋਂ ਪਬਲਿਸ਼ ਕਰਾਇਆ ਔਰ ਇਹ ਅਣਗਹਿਲੀ ਨਹੀਂ, ਇਹ ਇੱਕ ਸਾਜਿਸ਼ ਹੈ ਸਿੱਖ ਕੌਮ ਨੂੰ ਖਤਮ ਕਰਨ ਦੀ ਔਰ ਹਿੰਦੂ ਵੋਟ ਜਿਹੜਾ ਉਹਨੂੰ ਮਤਲਬ ਕਿ ਕੈਦ ਕਰਨ ਵਾਸਤੇ, ਪੀੜ੍ਹੀ ਦਰ ਪੀੜ੍ਹੀ ਆਪਣਾ ਰਾਜ ਕਾਇਮ ਰੱਖਣ ਵਾਸਤੇ ਇਹ ਇੱਕ ਸਾਜਿਸ਼ ਦੇ ਤਹਿਤ ਹੋਇਆ। ਜਿਹੜੀ ਗੱਲ ਤੁਸੀਂ ਕੀਤੀ ਹੈ ਰਣਜੀਤ ਸਿੰਘ ਰਿਪੋਰਟ ਦੀ, ਮੈਂ ਰਾਣਾ ਸਾਹਿਬ ਇਹ ਰਣਜੀਤ ਸਿੰਘ ਦੀ ਰਿਪੋਰਟ ਨੂੰ ਸਹੀ ਕਿਵੇਂ ਮੰਨਣਗੇ ਜਿਹੜੇ ਆਪਣੀਆਂ ਕਿਤਾਬਾਂ ਨੂੰ ਜਿਹੜੀਆਂ ਉਹ ਪਬਲਿਸ਼ ਕਰਕੇ ਅਤੇ ਉਹਨਾਂ ਦੇ ਉੱਤੇ ਬੋਲਣ ਵਾਲਿਆਂ ਨੂੰ ਇਹ ਧਮਕੀਆਂ ਦੇ ਰਹੇ ਨੇ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ, ਅਤੇ ਫਿਰ ਉਹ ਜਿਹੜੀ ਰਿਪੋਰਟ ਹੈ ਉਹ ਬਿਲਕੁਲ ਸਹੀ ਅਤੇ ਦਰੁਸਤ ਹੈ। ਉਸ ਰਿਪੋਰਟ ਨੂੰ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦਾ ਬੇਟਾ ਅਤੇ ਉਹਦੀ ਸਾਰੀ ਦੇ ਸਾਰੇ ਉਹਦੇ ਜਿਹੜੇ ਝੋਲੀ ਚੁੱਕ ਨੇ ਜਿਨ੍ਹਾਂ ਨੇ ਅੱਜ ਰੈਲੀਆਂ ਸ਼ੁਰੂ ਕਰਨੀਆਂ, ਮੈਂ ਇਹ ਗੱਲ ਕਹਿਣ ਤੋਂ ਗਰੇਜ਼ ਨਹੀਂ ਕਰਾਂਗਾ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਸਪੋਰਟ ਕਰ ਰਿਹਾ ਕੈਪਟਨ ਅਮਰਿੰਦਰ ਸਿੰਘ। ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਉਹ ਫੈਸਲਾ ਸਹੀ ਲੈ ਜਾਵੇ, ਲੇਕਿਨ ਅੱਜ ਜੋ ਦੁਨੀਆ ਦੀ ਆਵਾਜ਼ ਹੈ ਉਹਦੇ ਮੁਤਾਬਕ ਇਹ ਹੈ ਕਿ ਕੈਪਟਨ ਜਿਹੜਾ ਉਹਨਾਂ ਦੇ ਨਾਲ ਮਿਲੀ ਭੁਗਤ ਦੇ ਨਾਲ ਜਿਹੜੀ ਜਸਟਰ ਰਣਜੀਤ ਸਿੰਘ ਨੇ ਜਿਹੜੀ ਰਿਪੋਰਟ ਤਿਆਰ ਕਰਕੇ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਸੁਮੇਧ ਸੈਣੀ ਜਿਨ੍ਹਾਂ ਨੂੰ ਦੋਸ਼ੀ ਮੰਨਿਆ ਸੀ, ਜਿਹਦੇ ਸੰਬੰਧ ਵਿੱਚ ਅਸੈਂਬਲੀ ਹਾਊਸ 'ਚ
8 ਘੰਟੇ ਬਹਿਸ ਚੱਲੀ ਔਰ ਉਸ ਤੋਂ ਬਾਅਦ ਉਹਨੇ ਕਹਿਤਾ ਜੀ ਇਹ ਜਿਹੜੀ ਆ ਇਹ 'ਤੇ ਅਸੀਂ ਸਿੱਟ ਬਣਾਵਾਂਗੇ ਅਤੇ CBI ਤੋਂ ਵਾਪਸ ਲੈਂਦੇ ਹਾਂ। ਦੇਖੋ ਜਿਹੜੀ ਰਣਜੀਤ ਸਿੰਘ ਨੇ ਰਿਪੋਰਟ ਤਿਆਰ ਕੀਤੀ ਉੱਥੇ ਦੁਬਾਰਾ ਸਿੱਟ ਬਣਾਉਣ ਦੀ ਕੀ ਲੋੜ? ਅਸੈਂਬਲੀ ਹਾਊਸ ਲੋਕਾਂ ਦੀ ਚੁਣੀ ਹੋਈ, ਉਹ ਇੱਕ ਅਸੈਂਬਲੀ ਹਾਊਸ ਦੇ ਵਿੱਚ MLA ਬਣੀ, ਉਹਨਾਂ ਸਾਰਿਆਂ ਨੇ ਮੰਤਰੀਆਂ ਨੇ ਜਦੋਂ ਇਹ ਕਹਿ ਦਿੱਤਾ ਕਿ ਇਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸਹੀ ਹੈ ਅਤੇ ਇਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਆ। ਤੁਸੀਂ ਵੇਖਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ ਕਿਸ ਤਰ੍ਹਾਂ ਜਿਹੜੇ ਮੰਤਰੀ ਨੇ ਬਾਜਵੇ ਵਰਗੇ ਅਤੇ ਨਵਜੋਤ ਸਿੱਧੂ ਵਰਗੇ, ਉਹ ਹੱਥ ਜੋੜ ਰਹੇ ਨੇ, ਉਹ ਗੋਡੇ ਟੇਕ ਰਹੇ ਨੇ, ਉਹ ਝੋਲੀਆਂ ਅੱਡ ਰਹੇ ਨੇ ਕਿ ਕੈਪਟਨ ਸਾਹਿਬ ਇਹਨਾਂ ਦੇ ਖਿਲਾਫ਼ ਪਰਚਾ ਕਰੋ। ਕਿਉਂ ਨਹੀਂ ਪਰਚਾ ਕੀਤਾ? ਉਹ ਸਿੱਟ ਕਿਉਂ ਬਣਾਈ ਗਈ ਆ? ਉਹ ਲਮਕਾਇਆ ਗਿਆ ਔਰ ਅੱਜ ਉਹ ਲੁਕਣਮੀਚੀ ਖੇਡੀ ਜਾ ਰਹੀ ਹੈ। ਜੋ ਬਰਗਾੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਉੱਥੇ ਨਿਰਾਦਰ ਕੀਤਾ ਗਿਆ, ਵਿਧਵੀ ਹੋਈ, ਉਹ ਗੁਰਮੀਤ ਰਾਮ ਰਹੀਮ ਦੇ ਚੇਲਿਆਂ ਵੱਲੋਂ ਜੋ ਕੁਛ ਕੀਤਾ ਗਿਆ ਉਹਨੂੰ ਛਪਾਉਣ ਵਾਸਤੇ ਜਿਹੜਾ ਸੀ ਅੱਜ ਰੈਲੀਆਂ ਸ਼ੁਰੂ ਕਰ ਦਿੱਤੀਆਂ ਨੇ। ਅੱਜ ਪਹਿਲਾਂ ਇਹਨਾਂ ਨੇ ਹਬੋਰ ਰੈਲੀ ਕੀਤੀ, ਉਸ ਤੋਂ ਬਾਅਦ ਫਰੀਦਕੋਟ ਰੈਲੀ ਕੀਤੀ, ਉਸ ਤੋਂ ਬਾਅਦ ਕੈਪਟਨ ਨੇ ਕਹਿਤਾ ਜੀ ਮੈਂ ਇਹਨਾਂ ਦੇ ਹਲਕੇ ਲੰਬੀ 'ਚ ਰੈਲੀ ਕਰਾਂਗਾ। ਉਹਨੇ ਕਿਹਾ ਜੇ ਤੂੰ ਲੰਬੀ 'ਚ ਰੈਲੀ ਕਰੇਗਾ ਅਸੀਂ ਪਟਿਆਲੇ ਕਰਾਂਗੇ। ਦੇਖੋ ਕਿੱਡੀ ਹੈਰਾਨਗੀ ਦੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਸਾਰੇ ਭੁੱਲ ਗਏ। ਜਿਨ੍ਹਾਂ ਪੁਲਿਸ ਅਫਸਰਾਂ ਨੇ ਉੱਥੇ ਸਤਿਗੁਰੂ ਦੀ ਬਾਣੀ ਪੜ੍ਹਦਿਆਂ, ਵਾਹਿਗੁਰੂ ਦਾ ਜਾਪ ਕਰਦਿਆਂ ਔਰ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਦੀ ਜਿਹੜੀ ਸੀ ਉਹਨਾਂ ਦੀ ਪਕੜ ਕਰਨ ਵਾਸਤੇ, ਉਹਨਾਂ ਨੂੰ ਕਟਹਿਰੇ 'ਚ ਖੜਿਆ ਕਰਨ ਵਾਸਤੇ ਜਿਹੜੇ ਉੱਥੇ ਮੋਰਚੇ 'ਤੇ ਬੈਠੇ ਸੀ, ਉਹਨਾਂ ਦੇ ਉੱਤੇ ਕਿਸ ਤਰ੍ਹਾਂ ਗੰਦੇ ਪਾਣੀ ਦੀਆਂ ਵਿਛਾੜਾਂ, ਲਾਠੀਚਾਰਜ ਕੀਤਾ ਗਿਆ, ਗੋਲੀਆਂ ਚਲਾਈਆਂ ਗਈਆਂ, ਨਜਾਇਜ਼ ਨਿਰਦੋਸ਼ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਅਤੇ ਫਿਰ ਦੁੱਖ ਦੀ ਗੱਲ ਕਿ ਪਰਚਾ ਵੀ ਸਿੰਘਾਂ 'ਤੇ ਕੀਤਾ ਗਿਆ। ਉਹਨਾਂ ਸਿੰਘਾਂ ਦੀ ਜੋ ਪੁਲਿਸ ਨੇ ਤਸ਼ੱਦਦ ਅਤੇ ਜ਼ੁਲਮ ਕਰਕੇ ਜੋ ਉਹਨਾਂ ਦੀ ਹਾਲਤ ਕੀਤੀ, ਉਹ ਅੱਜ ਚੱਲਣ ਫਿਰਨ ਤੋਂ ਵੀ ਰਾਹਤ, ਉਹ ਚੱਲ ਫਿਰ ਨਹੀਂ ਸਕਦੇ, ਪਰ ਜੇ ਸਿੱਖ ਕੌਮ ਅੱਜ ਉਹਨਾਂ ਦੇ ਪਿੱਛੇ ਨਾ ਖੜਦੀ ਤਾਂ ਉਹਨਾਂ ਨੇ ਸਾਰੀ ਉਮਰ ਜਿਸ ਤਰ੍ਹਾਂ 30-30 ਸਾਲ ਤੋਂ ਬਾਕੀ ਜੇਲ੍ਹਾਂ 'ਚ ਬੈਠੇ ਨੇ ਨਾ, ਉਹਨਾਂ ਨੇ ਵੀ ਜੇਲ੍ਹਾਂ 'ਚ ਸੜ ਜਾਣਾ। ਤੁਸੀਂ ਤਾਂ ਜਿਵੇਂ ਸਪੋਰਟ ਕਰ ਰਹੇ ਹੋ ਬਰਗਾੜੀ ਮੋਰਚੇ ਦੀ, ਪਰ ਜਿਹੜਾ ਅਕਾਲੀ ਦਲ ਆ ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ, ਉਹ ਜਿਹੜੇ ਉੱਥੇ ਬੈਠੇ ਹੋਏ ਇਹਨਾਂ ਨੂੰ ISS ਦੇ ਏਜੰਟ ਦੱਸਦੇ ਨੇ। ਓਹੋ ਮਹਾਰਾਣਾ ਸਾਹਿਬ, ਬਸ ਦੁੱਖ ਨਾ ਕਹਿਣਾ, ਇਹਨਾਂ ਕੋਲ ਇੱਕ ਤੋਤਾ ਰੱਟ ਹੈ। ਹੁਣ ਤੱਕ ਬਾਦਲ ਅਤੇ ਇਹਦਾ ਪਰਿਵਾਰ ਅਤੇ ਇਹਦੀ ਸਾਰੀ ਦੀ ਸਾਰੇ ਇਹਦੇ ਜਿਹੜੇ ਚਾਪਲੂਸ ਨੇ, ਜਿਹੜੇ ਵੀ ਬਾਦਲ ਦੇ ਖਿਲਾਫ਼ ਬੋਲੇ, ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਚਾਹੇ ਉਹ ਸਿਮਰਜੀਤ ਸਿੰਘ ਮਾਨ ਆ ਗਿਆ, ਚਾਹੇ ਦਲ ਖਾਲਸਾ ਆ ਗਿਆ, ਚਾਹੇ ਕੋਈ ਹੋਰ ਜਥੇਬੰਦੀਆਂ ਆ ਗਈਆਂ, ਉਹਨਾਂ ਸਾਰਿਆਂ ਨੂੰ ਇਹ ਕਾਂਗਰਸ ਦੇ ਏਜੰਟ ਕਹਿੰਦਾ ਸੀ। ਇਹਨੇ ਗੁਰਚਰਨ ਸਿੰਘ ਟੌੜੇ ਨੂੰ ਵੀ ਕਾਂਗਰਸ ਦਾ ਏਜੰਟ ਕਿਹਾ ਸੀ, ਇਹਨੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਵੀ ਕਾਂਗਰਸ ਦਾ ਏਜੰਟ ਕਿਹਾ ਸੀ। ਪਹਿਲਾਂ ਇਹ ਕਾਂਗਰਸ ਦੇ ਏਜੰਟ ਕਹਿੰਦਾ ਸੀ ਅਤੇ ਹੁਣ ਇਹ ਬਹੁ ਗਿਣਤੀ ਭਾਰਤ ਦੀ ਨੂੰ ਖੁਸ਼ ਕਰਨ ਵਾਸਤੇ, ਭਾਰਤ ਦੀਆਂ ਏਜੰਸੀਆਂ ਨੂੰ ਖੁਸ਼ ਕਰਨ ਵਾਸਤੇ ਜਿਹੜੇ ਬਰਗਾੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਾਹਮਣੇ ਉੱਥੇ ਇਨਸਾਫ ਮੋਰਚੇ ਦੇ ਉੱਤੇ ਬੈਠੇ ਨੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਔਰ ਉਹਨਾਂ ਦੇ ਸਹਿਯੋਗੀ ਜਿੰਨੀਆਂ ਵੀ ਜਥੇਬੰਦੀਆਂ ਨੇ, ਉਹਨਾਂ ਸਾਰਿਆਂ ਨੂੰ ISI ਦੇ ਏਜੰਟ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇਹ ਤਾਂ ਇਹਨਾਂ ਕੋਲ ਤੋਤਾ ਰੱਟ ਹੈ, ਇਹਨਾਂ ਕੋਲ ਹੋਰ ਤਾਂ ਕੁਛ ਕਹਿਣ ਨੂੰ ਨਹੀਂ। ਮੈਂ ਪੁੱਛਣਾ ਚਾਹੁੰਦਾ ਸੁਖਬੀਰ ਬਾਦਲ ਤੋਂ, ਉਹਦੀ ਪਾਰਟੀ ਤੋਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ, ਗੁਰਬਚਨ ਸਿੰਹੋਂ,
ਸਿੰਘ ਨਹੀਂ ਹੈ, ਗੁਰਬਚਨ ਸਿੰਘ ਜੋ ਆਪਣੇ ਆਪ ਨੂੰ ਤਖ਼ਤ ਦਾ ਜਥੇਦਾਰ, ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕਹਾਉਂਦਾ, ਉਹਨਾਂ ਤੋਂ ਪੁੱਛਣਾ ਚਾਹੁੰਦਾ ਹੈ ਕਿ ਆਹ ਜਿਹੜੀਆਂ ਕਿਤਾਬਾਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ ਲਿਖੀਆਂ, ਫਿਰ ਇਹ ਦੱਸੋ ਵੀ ਇਹ ਤੁਹਾਡੇ ਕੋਲੋਂ ਕਿਹੜੀ ਏਜੰਸੀ ਨੇ ਛਪਾਈਆਂ ਸੀ? ਤੁਸੀਂ ਕੀ ਇਹ ਪਬਲਿਸ਼ ਕੀਤੀਆਂ ਨੇ ਕਿ ਨਹੀਂ ਕੀਤੀਆਂ? ਇਹ ਮੰਨਦੇ ਵੀ ਹੋ ਤੁਸੀਂ? ਅਤੇ ਇਹ ਅੱਜ ਤੱਕ ਉਹ ਕਾਲੇ ਮੂੰਹ ਵਾਲੀਆਂ ਭੇਡਾਂ ਤੁਸੀਂ ਸ਼੍ਰੋਮਣੀ ਕਮੇਟੀ 'ਚ ਜਿਹੜੀਆਂ ਬੈਠੀਆਂ ਨੇ ਕਿਉਂ ਨਹੀਂ ਲਿਆਂਦੀਆਂ? ਕਿਉਂਕਿ ਜੋ ਮੈਂ ਅੱਜ ਤੱਕ ਇਹ ਸਾਬਤ ਕਰ ਚੁੱਕਾ ਹੈ 16 ਮਾਰਚ 2013 ਤੋਂ ਲੈ ਕੇ ਲਗਾਤਾਰ, ਜਿਸ ਤਰ੍ਹਾਂ ਕਿ ਟਾਈਮ TV ਚੜ੍ਹਦੀ ਕਲਾ ਔਰ ਸਿੱਖ ਚੈਨਲ, ਅਕਾਲ ਚੈਨਲ, ਡੇ ਐਂਡ ਨਾਈਟ ਚੈਨਲ, ਸਮੂਹ ਚੈਨਲਾਂ 'ਤੇ ਪ੍ਰੈਸ ਦੇ ਸਾਹਮਣੇ ਮੈਂ ਲਿਆ ਚੁੱਕਾ ਹੈ ਕਿ ਇਹ ਜਿਹੜੀਆਂ ਕਿਤਾਬਾਂ ਨੇ ਇਹ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਛਪਾਈਆਂ ਨੇ। ਸੋ ਅੱਜ ਤੱਕ ਉਹਨੂੰ ਤਾਂ ਕਰ ਨਹੀਂ ਸਕੇ ਅਤੇ ਹੁਣ ਮੈਨੂੰ ਕਹਿਣਾ ਸ਼ੁਰੂ ਕਰਤਾ। ਸੋ ਉਹਨਾਂ ਕੋਲ ਤਾਂ ਇੱਕੋ ਇੱਕ ਤੋਤਾ ਰੱਟ ਹੈ ਕਿ ਇਹ ISI ਦੇ ਏਜੰਟ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਨੇ। ਅੱਜ ਉਹ ਅੱਤਵਾਦੀ, ਆਤੰਕਵਾਦੀ, ਦੇਸ਼ ਧਰੋਹੀ ਜੋ ਭਾਰਤ ਦੀਆਂ ਬਾਕੀ ਏਜੰਸੀਆਂ ਕਹਿੰਦੀਆਂ ਨੇ, ਬਾਦਲ ਵੀ ਉਹੀ ਕੁਛ ਕਹਿੰਦੇ। ਅਖੀਰ ਦੇ ਉੱਤੇ ਇੱਕ ਜਿਹੜਾ ਪੱਖ ਦਾ ਮਸਲਾ ਉਹਦੇ 'ਤੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜਿਹੜੀ ਵਿਧਾਨ ਸਭਾ ਦੇ ਵਿੱਚ ਸੈਸ਼ਨ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਦੀ ਬਿਬਦੀ ਨੂੰ ਲੈ ਕੇ, ਉੱਥੇ ਇੱਕ ਕਾਂਗਰਸ ਦੇ ਵਿਧਾਇਕਾਂ ਵੱਲੋਂ ਬਹੁਤ ਵੱਡਾ ਮਾਮਲਾ ਉਠਾਇਆ ਗਿਆ ਸੀ। ਜਿਹੜੇ ਮੌਜੂਦਾ ਜਥੇਦਾਰ ਨੇ ਅਕਾਲ ਤਖ਼ਤ ਸਾਹਿਬ ਦੇ ਗੁਰਬਚਨ ਸਿੰਘ ਜੀ, ਉਹਨਾਂ ਦੇ ਉੱਤੇ ਉਹਨਾਂ ਇਲਜ਼ਾਮ ਲਗਾਏ ਸੀ ਕਿ ਉਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਸੀ ਕਿ ਉਹਨਾਂ ਦਾ ਮੁੰਡਾ ਕੱਟਿਆਂ ਦਾ ਵਪਾਰੀ ਆ। ਅਤੇ ਪਰ ਕਾਫੀ ਚਿਰ ਮੀਡੀਆ ਤੋਂ ਦੂਰ ਰਹਿਣ ਤੋਂ ਬਾਅਦ ਕੱਲ੍ਹ ਗੁਰਬਚਨ ਸਿੰਘ ਜੀ ਜਿਹੜੇ ਨੇ ਉਹ ਮੀਡੀਆ ਦੇ ਸਾਹਮਣੇ ਆਏ ਆ ਅਤੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਜੇਕਰ ਇੱਕ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਤਾਂ ਮੇਰਾ ਮੁੰਡਾ ਵਪਾਰੀ ਕਿਉਂ ਨਹੀਂ ਬਣ ਸਕਦਾ? ਓਹ, ਕਿੰਨੇ ਅਫਸੋਸ ਦੀ ਗੱਲ। ਮਹਿਰਾਣਾ ਸਾਹਿਬ, ਗੁਰਬਚਨ ਸਿੰਘ ਨੂੰ ਇਹ ਨਹੀਂ ਪਤਾ ਲੱਗਾ ਕਿ ਤੂੰ ਬੈਠਾ ਕਿੱਥੇ, ਕਿਸ ਪਦਵੀ 'ਤੇ ਬੈਠਾ, ਜਿੱਥੇ ਸਮੁੱਚੀ ਕੌਮ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹੈ ਔਰ ਅਕਾਲ ਤਖ਼ਤ ਤੋਂ ਹੋਇਆ ਫੈਸਲਾ ਇੱਕ ਇਲਾਹੀ ਹੁਕਮ ਮੰਨਿਆ ਜਾਂਦਾ, ਉਸ ਤਖ਼ਤ ਦੀ ਕੋਈ ਮਾਣ ਮਰਿਆਦਾ ਔਰ ਉਹ ਤੁਲਨਾ ਕਿਹਦੇ ਨਾਲ ਕਰਦਾ? ਇੱਕ ਚਾਹ ਦੇ ਵਪਾਰੀ ਨਾਲ ਤੁਲਨਾ ਕਰਦਾ, ਇੱਕ MLA ਨਾਲ ਤੁਲਨਾ ਕਰਦਾ। ਉਹ ਤੁਲਨਾ ਕਰਦਾ ਕਿ ਜੇ ਚਾਹ ਦਾ ਵਪਾਰੀ ਜਾਂ ਇੱਕ ਪ੍ਰਚਾਰਕ, ਆਮ ਪ੍ਰਚਾਰਕ, ਉਹਦਾ ਇਸ਼ਾਰਾ ਗਿਆਨੀ ਜੈਲ ਸਿੰਘ ਵੱਲ ਸੀ ਵੀ ਜੇ ਉਹ ਰਾਸ਼ਟਰਪਤੀ ਬਣ ਸਕਦਾ ਤਾਂ ਮੇਰਾ ਬੇਟਾ ਜਿਹੜਾ ਉਹ ਵਪਾਰੀ ਕਿਉਂ ਨਹੀਂ ਬਣ ਸਕਦਾ? ਗੁਰਬਚਨ ਸਿੰਘ, ਜਰਾ ਸੋਚ ਅਤੇ ਅਕਲ ਤੋਂ ਕੰਮ ਲੈ। ਤੂੰ ਹੁਣ ਤੱਕ ਕੌਮ ਦਾ ਬੜਾ ਘਾਣ ਕੀਤਾ ਪਰ ਜਿਹੜੇ ਲਫਾਜ਼ ਬੋਲਦਾ ਹੈ ਨਾ, ਇਸ ਪਦਵੀ ਦੀ ਤੂੰ ਹੁਣ ਤੱਕ ਬਹੁਤ ਮਾਣ ਮਰਿਆਦਾ ਜਿਹੜੀ ਉਹ ਮਿੱਟੀ 'ਚ ਰੋਲਤੀ ਆ। ਜਿਸ ਅਕਾਲ ਤਖ਼ਤ ਨੂੰ ਦੁਨੀਆ ਸਿਜਦਾ ਕਰਦੀ ਹੈ, ਇੱਥੇ ਜਦੋਂ ਗਿਆਨੀ ਜੈਲ ਸਿੰਘ ਵਰਗੇ ਆਏ ਉਹ ਵੀ ਇੱਥੇ ਪੇਸ਼ ਹੋਏ, ਇੱਥੇ ਸੁਰਜੀਤ ਸਿੰਘ ਬਰਨਾਲਾ ਆਇਆ ਉਹਦੇ ਉਹਨੂੰ ਥੰਮਾ ਨਾ ਬੰਨਿਆ ਗਿਆ, ਇੱਥੇ ਬੂਟਾ ਸਿੰਘ ਗ੍ਰਹਿ ਮੰਤਰੀ ਹੁੰਦਿਆਂ ਉਹਦੇ ਗਲ 'ਚ ਫੱਟੀ ਪਾਈ ਗਈ ਅਤੇ ਤੂੰ ਉਹਨਾਂ ਲੋਕਾਂ ਨਾਲ ਤੁਲਨਾ ਕਰਦਾ? ਇਹ ਉਹ ਅਕਾਲ ਤਖ਼ਤ ਹੈ, ਮੀਰੀ ਅਤੇ ਪੀਰੀ ਦਾ ਸਿਧਾਂਤ ਹੈ। ਜਿਸ ਅਕਾਲ ਤਖ਼ਤ ਤੋਂ ਜ਼ਾਲਮਾਂ ਦੇ ਖਿਲਾਫ ਜਿਹੜੇ ਉਸ ਟਾਈਮ ਦੇ ਉੱਤੇ ਜਿਹੜੀਆਂ ਬੀਬੀਆਂ ਨੂੰ ਉਧਾਰ ਕੇ ਲੈ ਜਾਂਦੇ ਸੀ ਮੁਗਲ ਜਲਵਾਣੇ ਅਤੇ ਇੱਥੋਂ ਅਰਦਾਸਾਂ ਕਰਕੇ ਉਹਨਾਂ ਬੀਬੀਆਂ ਨੂੰ ਛਡਵਾ ਕੇ ਲਿਆਉਂਦੇ ਸੀ, ਉਹ ਤੂੰ ਉਹਨਾਂ ਲੋਕਾਂ ਨਾਲ ਤੁਲਨਾ ਕਰਦਾ ਆਪਣੇ ਆਪ ਦੀ? ਸੋ ਇਸ ਕਰਕੇ ਮਹਾਰਾਣਾ ਸਾਹਿਬ, ਮਾਫ ਕਰਿਓ, ਮੂੰਹ ਛੋਟਾ ਗੱਲ ਵੱਡੀ, ਕਿ ਅਕਾਲ ਤਖ਼ਤ ਦੀ ਪਰੰਪਰਾ ਨੂੰ
ਮਿੱਟੀ 'ਚ ਰਲਾਉਣ ਵਾਲਾ ਇਹ ਗੁਰਬਚਨ ਸਿੰਘ ਹੈ। ਇਹਦੇ ਨਾਲ ਹੀ ਇਸ ਤਰ੍ਹਾਂ ਦੇ ਹੋਰ ਹੁਣ ਤੁਸੀਂ ਵੇਖਿਆ ਕਿ ਹਰਪ੍ਰੀਤ ਸਿੰਘ ਜਿਹੜਾ ਕਿ ਉਹ ਤਖ਼ਤ ਦਮਦਮਾ ਸਾਹਿਬ ਦਾ, ਉਹਨੇ ਭੂੰਦੜ ਨੂੰ ਉੱਥੇ ਤਲਬ ਕੀਤਾ, ਜਿਹਨੇ ਬਾਦਲ ਦੀ ਤੁਲਨਾ ਜਿਹੜੀ ਆ ਉਹ ਗੁਰੂ ਗੋਬਿੰਦ ਸਿੰਘ ਨਾਲ ਕੀਤੀ। ਅਤੇ ਫਿਰ ਉਹਨੂੰ ਚੇਤਾ ਆਇਆ, ਉਹਨੇ ਮਾਫ਼ੀ ਮੰਗੀ ਅਤੇ ਉਹ ਆਪਣੇ ਆਪ ਹੀ ਉੱਥੇ ਚਲੇ ਗਿਆ। ਉਸ ਫੈਸਲੇ ਨੂੰ ਲੈ ਕੇ ਅਤੇ ਹੁਣ ਗੁਰਬਚਨ ਸਿੰਘ ਕਹਿੰਦਾ ਇਹ ਜੀ ਉੱਥੇ ਜਿਹੜਾ ਫੈਸਲਾ ਉਹ ਨਹੀਂ, ਇਹਨੂੰ ਦੁਬਾਰਾ ਇੱਥੇ ਤਲਬ ਕੀਤਾ ਜਾਊਗਾ। ਇਹਨਾਂ ਨੇ ਇੱਥੇ ਮਜ਼ਾਕ ਨਹੀਂ ਉਡਾਤਾ, ਸਿੱਖ ਪੰਥ ਦਾ, ਸਿੱਖ ਮਾਣ ਮਰਿਆਦਾ ਦਾ, ਸ੍ਰੀ ਅਕਾਲ ਤਖ਼ਤ ਦੀ ਪਰੰਪਰਾ ਦਾ, ਸਿੱਖੀ ਸਿਧਾਂਤਾਂ ਦਾ, ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਸਾਹਿਬਾਂ ਨੂੰ ਜਿਹਨਾਂ ਨੇ ਚੋਰ ਡਾਕੂ ਕਾਤਲ ਕਹਿ ਕੇ ਕਿਤਾਬਾਂ ਲਿਖ ਦਿੱਤੀਆਂ, ਅੱਜ ਨਾਮਧਾਰੀ ਕੂਕਿਆਂ ਦੀ ਕਰਤੂਤ, ਇਹ ਤੁਹਾਡੇ ਸਾਹਮਣੇ ਕੀ ਕੁਛ ਮੈਂ ਲਿਆਂਦਾ। ਪਰ ਜਿੱਥੇ ਮਹਾਰਾਣਾ ਸਾਹਿਬ, ਬਾਦਲ ਅਤੇ ਇਹ ਗੁਰਬਚਨ ਸਿੰਘ ਵਰਗੇ ਦੋਸ਼ੀ ਹਨ, ਉਹਦੇ ਨਾਲ ਤੁਹਾਡੇ ਰਾਹੀਂ ਸਮੁੱਚੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਤੇ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਨੇ, ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ ਵਿੱਚ ਮੋਰਚੇ 'ਤੇ ਜਾ ਰਹੀਆਂ ਨੇ, ਤਾਂ ਮੈਂ ਇਹ ਵੀ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਉਸ ਮੋਰਚੇ 'ਤੇ ਜਾਣ। ਔਰ 7 ਤਰੀਕ ਨੂੰ ਵੀ ਜਿਹੜਾ ਪ੍ਰੋਗਰਾਮ ਰੱਖਿਆ ਗਿਆ, ਕੋਈ ਵੀ ਸਾਡੀ ਸਪੋਰਟ ਕਰਦਾ, ਭਾਵੇਂ ਉਹ ਕਿਸੇ ਵੀ ਤਰੀਕੇ ਨਾਲ ਕਰਦਾ, ਚਾਹੇ ਉਹ ਸੁਖਪਾਲ ਖਹਿਰ ਹੈ, ਚਾਹੇ ਕੋਈ ਹੋਰ ਹੈ, ਸਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ। 7 ਤਰੀਕ ਨੂੰ ਉੱਥੇ ਪਹੁੰਚਣਾ ਚਾਹੀਦਾ। ਪਰ ਇਹਦੇ ਨਾਲ ਮੈਂ ਇੱਕ ਬੇਨਤੀ ਕਰਾਂਗਾ ਕਿ ਜਿਹੜੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੇ, ਉਹ ਇਸ ਕਿਤਾਬ ਦੇ ਉੱਤੇ ਜਿਸ 'ਚ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਿਹਾ ਗਿਆ, ਔਰ ਜਿਹੜੀ ਨਾਮਧਾਰੀ ਕੁੱਕਿਆਂ ਦੀ ਕਰਤੂਤ ਸਾਹਮਣੇ ਲਿਆਂਦੀ ਆ, ਮੈਂ ਬੇਨਤੀ ਰੂਪ 'ਚ ਉਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਵੀ ਉਹ ਚੁੱਪ ਨੇ, ਨਹੀਂ ਬੋਲ ਰਹੇ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਕੀ ਤੁਸੀਂ, ਇਹ ਬੇਨਤੀ ਰੂਪ 'ਚ ਸਵਾਲ ਹੈ ਮੇਰਾ, ਉਹਨਾਂ ਜਥੇਬੰਦੀਆਂ ਨੂੰ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਐਂਟੀ ਬਾਦ, ਵੀ ਕੀ ਤੁਸੀਂ ਇੱਥੇ ਬੋਲੇ ਨਹੀਂ ਗਏ, ਕੀ ਤੁਸੀਂ ਇਹ ਮੰਨ ਲਿਆ ਕਿ ਸਾਡਾ ਗੁਰੂ ਚੋਰ, ਸਾਡੇ ਜਿਹੜੇ ਗੁਰੂ ਸਨ ਉਹ ਚੋਰ ਡਾਕੂ ਕਾਤਲ ਨੌਕਰਾਣੀਆਂ ਦੇ ਪੇਟੋਂ ਬੱਚੇ ਜੰਮਣ ਵਾਲੇ ਆਤਮ ਹੱਤਿਆ ਕਰਨ ਵਾਲੇ ਸਨ? ਕੀ ਗੁਰੂ ਗੋਬਿੰਦ ਸਿੰਘ ਦੇਵੀਆਂ ਦਾ ਪੁਜਾਰੀ ਸੀ? ਕੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰਾਂ ਦੇ ਵਿਯੋਗ 'ਚ ਆਤਮ ਹੱਤਿਆ ਕੀਤੀ ਸੀ? ਅਤੇ ਕੀ ਜਿਸ ਤਰ੍ਹਾਂ ਨਾਮਧਾਰੀ ਕੂਕਿਆਂ ਦੀ ਕਰਤੂਤ ਸਾਹਮਣੇ ਆਈ ਆ, ਕੀ ਸਾਡਾ ਗੁਰੂ ਅੱਜ ਗੁਰੂ ਗ੍ਰੰਥ ਸਾਹਿਬ ਨਹੀਂ? ਕੀ ਅੱਜ ਸਾਡਾ ਗੁਰੂ ਜਿਹੜਾ ਉਹ ਦੇਹਧਾਰੀ ਡੰਮੀ ਗੁਰੂ ਹੈ? ਸੋ ਇਹ ਸਵਾਲ ਹੈ ਮਹਾਰਾਣਾ ਸਾਹਿਬ, ਤੁਹਾਡੇ ਇਸ ਚੈਨਲ ਦੇ ਰਾਹੀਂ, ਸੱਚ ਦੇ ਤਪ ਦੇ ਰਾਹੀਂ ਮੈਂ ਸਮੁੱਚੀ ਕੌਮ ਨੂੰ ਕਰਦਾ। ਉਮੀਦ ਹੈ ਕਿ ਕੌਮ ਇਸ ਮੇਰੀ ਬੇਨਤੀ ਨੂੰ ਕੁਛ ਥੋੜ੍ਹਾ ਜਿਹਾ ਵਿਚਾਰ ਕਰਕੇ ਇੱਥੇ ਆਪਣਾ ਅਗਲਾ ਕੀ ਪ੍ਰਤੀਕਰਮ ਦਿੰਦੀ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਸੋ ਮਹਾਰਾਣਾ ਸਾਹਿਬ, ਮੈਂ ਇਹੀਆਂ ਮੇਰੀਆਂ ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ, ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਮਿਲਦੇ ਹਾਂ ਕਿਸੇ ਹੋਰ ਸ਼ਖਸੀਅਤ ਦੇ ਨਾਲ, ਤਦ ਤੱਕ ਲਈ ਸਤਿ ਸ੍ਰੀ ਅਕਾਲ।